ਸਤਿ ਸ਼੍ਰੀ ਅਕਾਲ ਦੋਸਤੋ। ਅੱਜ 28 ਦਸੰਬਰ 2023, ਅੱਜ ਆਪਾਂ ਕਣਕ ਦੀ ਵੀਡੀਓ ਬਣਾਉਣ ਜਾ ਰਹੇ ਹਾਂ। ਇਹ 371 ਵੀ ਆ ਆਪਣਾ ਕਰਨਾਲ ਯੂਨੀਵਰਸਿਟੀ ਦਾ ਐਤਕੀ ਜਿਹੜਾ ਨਵਾਂ ਆਇਆ ਗਾ। ਅਤੇ ਕਣਕ ਆਪਾਂ ਨੇ ਇਹਦੇ ਵਿੱਚ ਅੱਗ ਨਹੀਂ ਲਾਈ ਦੀ, ਇਹ ਵਾਹਣ ਦੇ ਵਿੱਚ ਸੁਪਰ ਸੀਡਰ ਨਾਲ ਬਿਜਾਈ ਕੀਤੀ ਆ ਅਤੇ ਬਿਨਾਂ ਅੱਗ ਲਾਏ ਬੀਜੀ ਹੋਈ ਆਪਣੀ ਇਹ ਕਣਕ। ਪਹਿਲਾਂ ਬਹੁਤ ਦਬ ਗਈ ਸੀ ਇਹ, ਬਹੁਤ ਮਾੜੀ ਦਿਖ ਰਹੀ ਸੀ ਕਣਕ। ਅਤੇ ਫਿਰ ਇਹ 'ਤੇ ਆਪਾਂ ਨੇ ਮੂਸਾ ਦਵਾਈ ਦਾ ਇੱਕ ਸਪਰੇਅ ਕੀਤਾ ਸੀ, ਘਾਟਾਂ ਵਾਲਾ ਸਪਰੇਅ। ਉਹ ਸਪਰੇਅ ਆਪਾਂ ਨੇ ਕੀਤਾ ਸੀ 21 ਦਸੰਬਰ ਨੂੰ। ਅਤੇ ਅੱਜ ਆਪਾਂ ਨੇ ਹਫ਼ਤੇ ਬਾਅਦ ਇਹਦੇ 'ਤੇ ਅਟਲਾਂਟਸ ਅਤੇ ਟੋਪਕ ਦਾ ਗੁੱਲੀ ਡੰਡੇ ਵਾਲਾ ਸਪਰੇਅ ਕੀਤਾ। ਮੂਸਾ ਦਵਾਈ ਨੇ ਇਹਦੀ ਬਹੁਤ ਵਧੀਆ ਰਿਕਵਰੀ ਕੀਤੀ ਆ। ਜਿਵੇਂ ਆਹ ਪੀਲੀ ਦੱਗੀ ਖੜ੍ਹੀ ਆ, ਪਹਿਲਾਂ ਸਾਰੀ ਕਣਕ ਹੀ ਐਂ ਪੀਲੀ ਦਿਖਦੀ ਸੀ ਇਹ, ਹੁਣ ਕੁਛ ਕੁ ਦੱਗੀਆਂ ਰਹਿ ਗਈਆਂ ਮਾੜੀਆਂ ਮੋਟੀਆਂ, ਅਤੇ ਕਣਕ ਆਪਣੀ ਬਹੁਤ ਵਧੀਆ ਰਿਕਵਰੀ ਕਰ ਗਈ। ਅਤੇ ਤੁਸੀਂ ਵੀਡੀਓ ਵਿੱਚ ਦੇਖ ਕੇ ਤੁਸੀਂ ਸਾਨੂੰ ਦੱਸਿਓ, ਤੁਸੀਂ ਆਪਦੇ ਵੀ ਸੁਝਾਅ ਦਿਓ, ਹੈ ਨਾ, ਵੀ ਮੰਨ ਲਾ ਕਿ ਆਪਾਂ ਕੋਈ ਹੋਰ ਦਵਾਈ ਵਰਤ ਸਕਦੇ ਜੀ ਇੱਥੇ, ਜਾਂ ਸਾਡੀ ਜਿਹੜੀ ਅਸੀਂ ਰਿਸਰਚ ਕੀਤੀ ਆ, ਵੀ ਜਾਂ ਅਸੀਂ ਜਿਹੜਾ ਕੰਮ ਕੀਤਾ ਅਤੇ ਜਿੰਨਾ ਕੁ ਹੈ ਨਾ ਆਪਣੀ ਸਮਝ ਸੀ, ਵੀ ਜਿਹੜੀ ਦਵਾਈ ਵਰਤੀ ਆ, ਵੀ ਜਾਂ ਆਪਣੀ ਕਣਕ ਦੀ ਗਰੋਥ ਕਿਵੇਂ ਆ, ਜਾਂ ਕੁਛ ਵੀ ਲਾ ਲਓ, ਜੋ ਤੁਹਾਨੂੰ ਕਮੀ ਪੇਸ਼ੀ ਲੱਗੀ ਸਾਨੂੰ ਉਹ ਵੀ ਦੱਸਿਓ। ਅਤੇ ਅਸੀਂ ਜਿਹੜੀ ਜਿਹੜਾ ਕੁਛ ਇਹਦੇ ਉੱਤੇ ਅਸੀਂ ਵਰਤਿਆ, ਅਸੀਂ ਤੁਹਾਨੂੰ ਉਹਦੀ ਵੀ ਜਾਣਕਾਰੀ ਦੇ ਤੀ। ਆਪਾਂ ਨੇ 21 ਦਸੰਬਰ ਨੂੰ ਇਹਦੇ 'ਤੇ ਮੂਸਾ ਦਵਾਈ ਦਾ ਘਾਟਾਂ ਵਾਲਾ ਸਪਰੇਅ ਕੀਤਾ ਸੀ, ਅਤੇ ਅੱਜ 28 ਦਸੰਬਰ ਨੂੰ ਇਹ 'ਤੇ ਅਟਲਾਂਟਸ ਅਤੇ ਟੋਪਕ ਦਵਾਈ ਦਾ ਗੁੱਲੀ ਡੰਡੇ ਵਾਲਾ ਸਪਰੇਅ ਕੀਤਾ। ਅਤੇ ਇਹ 'ਤੇ ਆਪਣਾ 371 ਵੀ ਦੋਸਤੋ। ਅਤੇ ਆਹ ਨਾਲ ਵਾਲੇ ਕਿਆਰੇ 'ਚ ਆਪਣਾ ਹੈਗਾ 372, ਇਹ ਵੀ ਕਰਨਾਲ ਦਾ ਵੀ ਆ, ਇਹ ਵੀ ਨਵਾਂ ਆਇਆ ਐਤਕੀ। ਅਤੇ ਇਹ ਕਣਕ ਥੋੜ੍ਹੀ ਜਿਹੀ ਇਹ ਤੋਂ ਵੀ ਜ਼ਿਆਦਾ ਖਰਾਬ ਸੀ, ਹੁਣ ਤਾਂ ਵਧੀਆ ਰਿਕਵਰੀ ਕਰ ਗਈ ਇਹ, ਵਧੀਆ ਕੰਮ ਕੀਤਾ ਦਵਾਈ ਨੇ। ਪਹਿਲਾਂ ਆਹ ਜਿਹੜੀ ਮਾੜੇ ਖੁੱਡ ਦਿਖ ਰਹੇ ਨੇ, ਇਹ ਕਣਕ ਜਮ੍ਹਾਂ ਨਹੀਂ ਸੀ ਦਿਖ ਰਹੀ, ਇੰਨੀ ਮਾੜੀ ਸੀ। ਇਹ ਹੈਗਾ 372, ਅਤੇ ਅੱਗੇ ਆਪਣਾ ਹੈਗਾ 370, ਤਿੰਨੇ ਵੀ ਬੀਜੇ ਹੋਏ ਆਪਣੇ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਵੀ ਤੁਸੀਂ ਦੇਖਿਓ ਵੀ ਕਣਕ ਦੀ ਗਰੋਥ ਕਿਵੇਂ ਆ, ਅਤੇ ਵੀ ਤੁਹਾਨੂੰ ਬੀਜ ਦੇ ਵਿੱਚ ਕੋਈ ਫਰਕ ਲੱਗਦਾ। ਬਾਕੀ ਅਸੀਂ ਇਹਦੀ ਹਫ਼ਤੇ ਬਾਅਦ ਹੁਣ ਇੱਕ ਦੁਬਾਰਾ ਵੀਡੀਓ ਪਾਵਾਂਗੇ, ਅਤੇ ਨਾਲੇ ਤਾਂ ਗੁੱਲੀ ਡੰਡੇ ਵਾਲੀ ਦਵਾਈ ਦਾ ਰਿਜ਼ਲਟ ਪਤਾ ਲੱਗ ਜੂ ਆਪਾਂ ਨੂੰ, ਨਾਲੇ ਆਪਾਂ ਇਹਦੇ 'ਤੇ ਇੱਕ ਮੈਗਨੀਜ਼, ਜਿੰਕ 21% ਅਤੇ ਯੂਰੀਆ ਦਾ ਇੱਕ ਹੋਰ ਸਪਰੇਅ ਕਰਾਂਗੇ। ਬਾਕੀ ਉਹਦਾ ਵੀ ਜਿਵੇਂ ਰਿਜ਼ਲਟ ਰਹੂਗਾ ਆਪਾਂ ਉਹਦੀ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ। ਅੱਜ ਦੇ ਟਾਈਮ ਇਹ ਕਣਕ ਆਪਣੀ ਮਾੜਿਆਂ 'ਚ ਹੀ ਆਉਂਦੀ ਆ ਦੇਖਣ ਨੂੰ, ਜੇ ਆਲੇ ਦੁਆਲੇ ਵਾਲੀਆਂ ਕਣਕਾਂ ਦੀ ਗੱਲ ਕਰੀਏ। ਅਤੇ ਆਹ ਹੈਗੀ ਆਪਣੀ 370, ਇਹ ਵੀ ਨਵਾਂ ਹੀ ਬੀਜ ਆ ਕਰਨਾਲ ਵਾਲਿਆਂ ਦਾ ਐਤਕੀ। ਬਾਕੀ ਝਾੜ ਦਾ ਤਾਂ ਦੋਸਤੋ ਮਗਰੋਂ ਲੱਗੂ ਪਤਾ ਵੱਡੇ ਤੋਂ, ਹੈ ਨਾ, ਵੈਸੇ ਊਂ ਥੋੜ੍ਹੀ ਜਿਹੀ ਦੇਖਣ ਨੂੰ ਪਹਿਲਾਂ ਨਰਮ ਲੱਗਦੀ ਸੀ, ਉਸ ਕਮੀਆਂ ਕਰਕੇ ਨਰਮ ਲੱਗਦੀ, ਅਤੇ ਊਂ ਬੀਜ ਤਾਂ ਨਹੀਂ ਕੋਈ ਨੁਕਸ ਹੋ ਸਕਦਾ, ਕਿਉਂਕਿ ਕੁਛ ਆਪਣੀਆਂ ਜ਼ਿਮੀਦਾਰ ਦੀਆਂ ਗਲਤੀਆਂ ਕਰਕੇ ਮਾੜੀ ਮੋਟੀ ਹੋ ਸਕਦੀ ਆ। ਬਾਕੀ ਜਿਵੇਂ ਵੀ ਸਾਨੂੰ ਇਹਦੇ ਬਾਰੇ ਜਿੰਨੀ ਕੁ ਨੌਲੇਜ ਆਈ ਆ, ਜਾਂ ਕੁਛ ਵੀ ਲਾ ਲਓ, ਪਿਛਲੇ ਵਾਰ ਵੀ ਅਸੀਂ ਕਰਨਾਲ ਦੇ ਬੀਜ ਬੀਜੇ ਸੀ, ਦੂਜੀ ਆਪਣੇ ਪੰਜਾਬ ਵਾਲੇ ਬੀਜਾਂ ਨੂੰ ਬਹੁਤ ਵਧੀਆ ਝਾੜ ਰਿਹਾ ਉਹਨਾਂ ਦਾ, ਇੱਕ ਏਕੜ ਪਿੱਛੇ ਤੁਸੀਂ ਮੰਨ ਲਓ ਵੀ 2.5 ਕੁਇੰਟਲ ਝਾੜ ਵੱਧ ਰਿਹਾ ਆਪਣਾ ਪੰਜਾਬ ਵਾਲੇ ਬੀਜਾਂ ਨੂੰ। ਬਾਕੀ ਦੋਸਤੋ ਜਿੰਨੀ ਕੁ ਆਪਾਂ ਨੂੰ ਨੌਲੇਜ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਜੇ ਕਿਸੇ ਮੇਰੇ ਵੀਰ ਭੈਣ ਭਰਾ ਨੂੰ ਹੋਰ ਨੌਲੇਜ ਹੋਊਗੀ, ਹੈ ਨਾ, ਤਾਂ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ, ਜੇ ਅਸੀਂ ਕਿਤੇ ਕੋਈ ਗਲਤੀ ਕੀਤੀ ਹੋਈ ਤਾਂ ਸਾਨੂੰ ਉਹ ਵੀ ਦੱਸਿਓ। ਅਤੇ ਬਾਕੀ ਆਪਾਂ ਗੁੱਲੀ ਡੰਡੇ ਵਾਲਾ ਵੀ ਕਰਤਾ ਸਪਰੇਅ, ਅਤੇ ਅਟਲਾਂਟਸ ਅਤੇ ਟੋਪਕ ਦਾ ਰਿਜ਼ਲਟ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਕਿਵੇਂ ਆਇਆ, ਹਫ਼ਤੇ ਬਾਅਦ ਪਤਾ ਲੱਗ ਜੂਗਾ। ਇਹਦੇ ਵਿੱਚ ਆਪਾਂ 4 ਬੀਘਿਆਂ 'ਚ 1 ਲੀਟਰ ਅਟਲਾਂਟਸ ਦਾ ਅਤੇ 1 ਟੋਪਕ ਦਾ ਦੋਨੋਂ ਮਿਲਾ ਕੇ ਸਪਰੇਅ ਕਰੀ ਆ ਟਰੈਕਟਰ ਵਾਲੇ ਢੋਲੇ ਨਾਲ। ਅਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਹੋਰ ਐਵੇਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਸਾਨੂੰ ਪਤਾ ਲੱਗ ਜੇ ਵੀ ਆਪਣੀ ਦਿੱਤੀ ਜਾਣਕਾਰੀ ਕਿੰਨੀ ਕੁ ਲੋਕ
ਇਹ ਚੀਜ਼ ਦਾ ਫਾਇਦਾ ਲੈਂਦੇ ਨੇ ਜਾਂ ਜਿਹੜੀਆਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ। ਧੰਨਵਾਦ ਦੋਸਤੋ।